ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸਾਦੇ 'ਤੇ ਅੱਜ ਪਹੁੰਚੇ ਜੀ। ਪਰ ਪਤਾ ਨਹੀਂ ਆਮ ਆਦਮੀ ਪਾਰਟੀ ਨੇ ਮਾਲਵਿੰਦਰ ਸਿੰਘ ਕਾਂਗ ਨੂੰ ਰੱਖਿਆ ਹੀ ਇਸੇ ਕਰਕੇ ਆ ਕਿ ਝੂਠ ਕਿਵੇਂ ਪਰੋਸਣਾ ਹੈ, ਅਤੇ ਜਾਂ ਤਾਂ ਇਹ ਹੈ ਕਿ ਇੱਕ ਝੂਠ ਤਿਆਰ ਕਰਨ ਵਾਲੀ ਮਸ਼ੀਨ ਹੈ, ਉਹ ਕਿਤੇ ਸੀਐਮ ਹਾਊਸ 'ਚ ਬੈਠੀ ਹੈ ਅਤੇ ਉਹ ਮਸ਼ੀਨ ਫੜਾ ਕੇ ਜਿਹੜੀ ਝੂਠਦੀ ਹੈ ਮਾਲਵਿੰਦਰ ਸਿੰਘ ਕੰਗ ਨੂੰ ਜਿਹੜਾ ਤੋੜ ਦਿੱਤਾ ਜਾਂਦਾ ਕਿ ਜਾ ਚਾੜ ਦੇ ਚੰਦ, ਨਾ ਕੋਈ ਤੱਥਾਂ ਦੀ ਗੱਲ ਚੱਲਦੀ ਹੈ ਨਾ ਕੋਈ ਸੱਚ ਦੀ ਗੱਲ ਚੱਲਦੀ ਹੈ, ਕੇਵਲ ਅਤੇ ਕੇਵਲ ਝੂਠ ਦੇ ਆਸਰ ਜਿਹੜਾ ਨੱਪ ਕੇ ਲਈ ਦਿੰਦੇ ਹੈ। ਅੱਜ ਵੀ ਜੋ ਕੁਛ ਤਮਾਸ਼ਾ ਕੀਤਾ ਜਾ ਰਿਹਾ, ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ? ਲੋਕ ਤੁਹਾਡਾ ਰੋਜ਼ ਜਲੂਸ ਕੱਢਦੇ ਆ ਨਸ਼ੇ ਨੂੰ ਲੈ ਕੇ, ਹਾਂਜੀ, ਅਤੇ ਤੁਸੀਂ ਉਲਟਾ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਖੜ੍ਹੇ ਕਰ ਰਹੇ। ਹੁਣ ਤੇਜਵੀਰ ਸਿੰਘ ਨਾਂ ਦਾ ਕੋਈ ਮੁੰਡਾ ਫੜਿਆ, ਕੀ ਮਸਲਾ ਹੈ ਕੀ ਨਹੀਂ ਮਸਲਾ ਸਾਡਾ ਕੋਈ ਲਾਗਾ ਦੇਗਾ ਨਹੀਂ ਗਾ। ਇੱਥੇ ਭਰਾ ਦੀ ਭਰਾ ਸੌਣ ਨਹੀਂ ਦੇ ਸਕਦਾ, ਪਰ ਅੱਜ ਤੋਂ 4-5 ਸਾਲ ਪੁਰਾਣੀ ਆਪਾਂ ਗੱਲ ਕਰੀਏ ਜੀ, ਤੇਜਵੀਰ ਸਿੰਘ ਨਾਂ ਦਾ ਇੱਕ ਬੰਦਾ ਸੀਗਾ ਜਿਹਨੂੰ SOI ਨੇ ਜ਼ਿਲ੍ਹਾ ਦਿਹਾਤੀ ਦਾ ਅੰਮ੍ਰਿਤਸਰ ਦਾ ਪ੍ਰਧਾਨ ਲਾਇਆ ਸੀਗਾ, ਅਤੇ ਲਾਇਆ ਵੀ ਕਿੰਨੇ ਚਿਰ ਵਾਸਤੇ, 19 ਅਪ੍ਰੈਲ ਨੂੰ ਲਾਇਆ ਅਤੇ 26 ਅਪ੍ਰੈਲ ਨੂੰ ਢਾਂਚਾ ਭੰਗ ਹੋ ਗਿਆ ਅਤੇ ਉਹ ਘਰ ਨੂੰ ਤੁਰਦਾ ਬਣ। ਅਤੇ ਥੋੜ੍ਹੇ ਸਮੇਂ ਬਾਅਦ ਹੀ ਇੱਕ ਰਾਣਾ ਕੰਦੋਵਾਲੀਆ ਦਾ ਕਤਲ ਹੁੰਦਾ ਅਤੇ ਕਤਲ ਦੇ ਵਿੱਚ ਉਹਦੀ ਜਿਹੜੀ ਆ ਨਾਲ ਕਹਾਣੀ ਸਾਹਮਣੇ ਆਉਂਦੀ ਹੈ ਵੀ ਫੱਟੜ ਹੁੰਦਾ, ਅਤੇ ਉਸ ਸਮੇਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਿਆ ਅਤੇ ਨਾ ਉਹਨੇ ਹੀ ਰੱਖਿਆ। ਉਲਟਾ ਕੀ ਹੈ ਹੁਣ ਕੰਗ ਸਾਹਿਬ ਸੁਣਿਆ ਜੇ, ਝਾੜੂ ਵਾਲੇ ਉਹ ਸੁਣਿਆ ਜੇ, ਸੱਚ ਕੀ ਹੈ ਕਿ ਜਿਹੜਾ ਤੇਜਵੀਰ ਸਿੰਘ ਹੈ ਨਾ, ਜਿਹਦੇ ਤੁਸੀਂ ਚਟਕਾਰੇ ਲੈ ਲੈ ਕੇ ਗੱਲਾਂ ਕਰਦੇ ਜੇ, ਅਤੇ ਆ ਸੌਦਾ ਵੇਚ ਕੇ ਆਇਆ ਅਤੇ ਆ ਡੀਲ ਕਰਕੇ ਆਇਆ ਅਤੇ ਚੰਗਾ ਕਰਕੇ ਆਇਆ, ਆ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਤੇਜਵੀਰ ਸਿੰਘ ਹੈ ਉਹਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ, ਖਾਸ ਕਰਕੇ ਰਾਜਾ ਸਾਂਸੀ ਹਲਕੇ ਦੇ ਵਿੱਚ ਔਰ ਉਹਨੇ ਆ ਬਲਦੇਵ ਸਿੰਘ ਮਿਆਦੀਆਂ ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਆ ਰਾਜਾ ਸਾਂਸੀ ਤੋਂ ਅਤੇ ਚੇਅਰਮੈਨ ਹੈ ਪਨਗ੍ਰਹਿਣ ਪੰਜਾਬ ਦਾ, ਉਹਦੇ ਨਾਲ ਕਿਉਂਕਿ ਉਹਦਾ ਖਾਸਮ ਖਾਸ ਹੈ, ਉਹਦੀ ਮਦਦ ਕੀਤੀ ਹੈ, ਉਹਦੇ ਨਾਲ ਰਹਿੰਦਾ ਆ। ਆਹ ਤੁਹਾਡੇ ਸਾਹਮਣੇ ਹੈ ਕਿ ਇਹ ਆਹ ਮਿਆਦੀਆਂ ਸਾਹਿਬ ਨੇ ਅਤੇ ਆਹ ਤੇਜਵੀਰ ਸਿੰਘ ਹੈ। ਇਹ ਜਿਹੜੇ ਆ ਆਹ ਮਿਆਦੀਆਂ ਸਾਹਿਬ ਨੇ ਅਤੇ ਨਾਲ ਹੀ ਤੇਜਵੀਰ ਹੈ। ਅੱਗੇ ਤੁਸੀਂ ਆ ਜਾਓ ਅਗਲੀ ਫੋਟੋ 'ਚ ਵੀ, ਐਂ ਸੱਜਾ ਹੱਥ ਬਣ ਕੇ ਖੜੋਤੇ ਹੈ। ਅੱਗੇ ਆ ਜਾਓ ਤੀਜੀ ਫੋਟੋ, ਇੱਕ ਥਾਂ 'ਤੇ ਉਦਘਾਟਨ ਕਰ ਰਹੇ ਆ, ਹਾਂਜੀ, ਮਿਆਦੀਆਂ ਸਾਹਿਬ ਬਲਦੇਵ ਸਿੰਘ ਮਿਆਦੀਆਂ ਆਮ ਆਦਮੀ ਪਾਰਟੀ ਦਾ ਆਗੂ, ਹਲਕਾ ਇੰਚਾਰਜ ਰਾਜਾ ਸਾਂਸੀ ਅਤੇ ਮੌਜੂਦਾ ਚੇਅਰਮੈਨ ਪਨਗ੍ਰਹਿਣ, ਉਹ ਤੇਜਵੀਰ ਸਿੰਘ ਦੇ ਨਾਲ ਉਦਘਾਟਨ ਕਰ ਰਿਹਾ। ਇਹ ਹੈਗੀਆਂ, ਹੁਣ ਤੁਸੀਂ ਦੱਸ ਦਿਓ ਕਿ ਜਿਹੜੇ ਲੋਕ ਸੱਤਾ 'ਚ ਨੇ, ਜਿਨ੍ਹਾਂ ਦੀ ਸਰਕਾਰ 2022 'ਚ ਬਣੀ ਹੈ ਅਤੇ ਜਿਨ੍ਹਾਂ ਦੀ ਮਦਦ ਕੀਤੀ ਹੈ ਤੇਜਵੀਰ ਸਿੰਘ ਨੇ, ਅਤੇ ਅੱਜ ਉਹਨਾਂ ਦੇ ਸੱਜੇ ਖੱਬੇ ਬਹਿੰਦਾ ਸਾਜ ਕਿੰਨੇ ਸਾਂਝ ਕਿੰਨਾਂ ਦੇ ਨਾਲ ਆ, ਹੁਣ ਆਹ ਤੁਹਾਨੂੰ ਵੀਡੀਓ ਸੁਣਾ ਦਿੰਦੇ ਇੱਕ ਪ੍ਰੋਗਰਾਮ ਦੀ ਹੈ। ਇਸੇ ਸਾਲ ਦੀ ਹੈ, 10 ਮਾਰਚ 2023 ਦੀ, ਆ ਥੋੜਾ ਸਮਾਂ ਪਹਿਲਾਂ ਦੀ। ਔਰ ਪਹਿਲਾਂ ਵੀਰੇ ਸਕੂਲ ਭਰਾ ਮੇਰਿਆ, ਔਰ ਇੱਧਰ ਬੈਸਟ ਵੀ ਦੱਸਾਂਗੇ ਆਪਾਂ,
ਲਾਈਵ ਵਾਲਾ ਕੈਮਰਾ ਕਿੱਥੇ ਆ ਭਰਾ ਮੇਰਿਓ? ਲਾਈਵ ਵਾਲਾ ਕੈਮਰਾ ਕਿੱਥੇ? ਆਪਾਂ ਬੈਸਟ ਵੀ ਦੱਸ ਦਈਏ ਤੇ ਸਕੋਰ ਵੀ ਦੱਸ ਦਈਏ ਸ਼ੇਰੇ ਵੀਰ, ਆ ਕਰੀਏ ਐਲਾਨ ਭਰਾ ਮੇਰਿਓ। ਆ ਸਨਮਾਨ ਬਹੁਤ ਵੱਡਾ ਸਨਮਾਨ ਹੈ, ਚਾਰ ਸੇਵਾ ਵਾਲੇ ਮਹਾਂਪੁਰਸ਼ ਆ ਵੇਖ ਸਿੰਘ ਜੀ ਵੱਲੋਂ, ਪਹਿਲਵਾਨ ਬਾਬਾ ਹਰਭਜਨ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸ੍ਰੀ ਆਨੰਦਪੁਰ ਸਾਹਿਬ ਵਾਲੇ ਸੱਚਖੰਡ ਵਾਸੀ, ਉਹਨਾਂ ਦੇ ਨਾਂ ਤੋਂ ਬਹੁਤ ਵੱਡਾ ਸਤਿਕਾਰ ਜਿਹੜਾ ਬਹੁਤ ਵੱਡਾ ਪਿਆਰ ਦਿੱਤਾ। ਇਹਦੇ 'ਚ ਲਗਭਗ 40 ਜਿਹੜੇ ਆ ਸਨਮਾਨ ਵੰਡੇ ਗਏ, 40 ਤੋਂ ਸ਼ਾਇਦ ਵੱਧ ਹੀ ਹੋਣ ਜਿਹਨੇ ਕਿ ਅਸੀਂ ਗਿਣਤੀ ਮਾਰੀ ਹੈ। ਉਹ 40 ਦੀਆਂ 40 ਸਨਮਾਨਾਂ ਦੇ ਵਿੱਚ ਬਾਕੀ ਤਾਂ ਟੀਮ ਬਦਲਦੀ ਰਹੀ ਹੈ, ਲੈਣ ਵਾਲੇ ਅਤੇ ਵੰਡਣ ਵਾਲੇ ਬਲਦੇਵ ਸਿੰਘ ਮਿਆਦੀਆਂ ਅਤੇ ਤੇਜਵੀਰ ਸਿੰਘ ਨੇ, ਇੱਥੋਂ ਤੁਸੀਂ ਹਿਸਾਬ ਲਾ ਲਓ। ਹੁਣ ਇਸ ਗੱਲ ਦਾ ਜਵਾਬ ਦਿਆ ਜੇ ਕੰਗ ਸਾਹਿਬ, ਕੀ ਨਾਂ ਉਹਦਾ, ਨਾਂ ਮਾਲਵਿੰਦਰ ਕੰਗ, ਮਾਲਵਿੰਦਰ ਕੰਗ ਅਤੇ ਜਿਹੜੀ ਆ ਝਾੜੂ ਵਾਲਾ। ਚਲੋ ਸਾਨੂੰ ਤਾਂ ਨਹੀਂ ਸੀ ਪਤਾ ਉਦੋਂ ਵੀ ਇਹ ਬੰਦੇ 'ਚ ਕੋਈ ਨੁਕਸ ਆ, ਉਦੋਂ ਹੈ ਵੀ ਨਹੀਂ ਸੀਗਾ ਐਵੇਂ ਕਹਿ ਦਈਏ। ਨੁਕਸ ਜਦੋਂ ਇਹ ਸੱਤਾ 'ਚ ਆਏ ਆ, ਇਹਨਾਂ ਨਾਲ ਸਾਂਝ ਪਈ ਹੈ, ਤਦ ਹੀ ਨੁਕਸ ਆਇਆ। ਸਾਹੀ ਤਾਂ ਉਦੋਂ ਇਹਨੂੰ ਪ੍ਰਧਾਨ ਬਣਾਇਆ ਜਦੋਂ ਇਹ 'ਚ ਨੁਕਸ ਕੋਈ ਨਹੀਂ ਸੀ। ਤੁਸੀਂ ਤਾਂ ਮੋਹਰੇ ਹੋ ਜਿਨ੍ਹਾਂ 'ਤੇ ਸਮਗਲਿੰਗ ਦੇ ਪਰਚੇ ਦਰਜ ਹੋਏ, ਜਿਹੜਾ ਸਾਰਾ ਸਾਰਾ ਟੱਬਰ 7-7 ਜੀ ਜਿਹੜੇ ਨੇ ਜੇਲ੍ਹ ਦੇ ਵਿੱਚ ਬੈਠੇ ਆ, ਕਿਸੇ ਤੋਂ 5 ਕਿਲੋ ਫੜੀ ਗਈ, ਕਿਸੇ ਤੋਂ 4 ਕਿਲੋ ਫੜੀ ਗਈ, ਅਤੇ ਜਿਸ ਵਿਅਕਤੀ ਦੇ ਉੱਤੇ, ਖੁਦ ਦੇ ਉੱਤੇ ਜਨਰਲ ਸਮਗਲਿੰਗ ਦਾ ਮੁਕੱਦਮਾ ਦਰਜ ਹੋਇਆ ਹੋਵੇ, ਮੇਰਾ ਕਹਿਣ ਦਾ ਮਤਲਬ ਹੈ ਸਰਵਣ ਸਿੰਘ ਧੁਨ, ਉਹਦੇ ਉੱਤੇ ਮਾਰਚ 2002 ਨੂੰ ਹਰੀਕੇ ਥਾਣੇ 'ਚ ਜਨਰਲ ਸਮਗਲਿੰਗ ਦਾ ਸਮੈਕ, ਹੈਰੋਇਨ, ਅਫੀਮ ਅਤੇ ਨਜਾਇਜ਼ ਅਸਲੇ ਦੀ ਸਮਗਲਿੰਗ ਕਰਨ ਦਾ ਮੁਕੱਦਮਾ ਦਰਜ ਹੋਇਆ 23 ਮਾਰਚ 2002 'ਚ। ਅਤੇ ਅੱਧਾ ਪਰਿਵਾਰ ਜਿਹੜਾ ਉਹਦਾ, 7-4 ਭਰਾ ਅਤੇ ਮੇਰਾ 3 ਕੁ ਭਤੀਜੇ ਆ, ਉਹ ਕਿਸੇ ਤੋਂ 5 ਕਿਲੋ ਫੜੀ ਗਈ, ਕਿਸੇ ਕੋਲ 4 ਫੜੀ ਗਈ, ਕਿਸੇ ਕੋਲ 2 ਫੜੀ ਗਈ, ਅਤੇ ਮੇਰਾ ਖਿਆਲ 3 'ਚੋਂ 10-10 ਸਾਲ ਦੀ ਸਜ਼ਾ ਵੀ ਹੋਈ ਹੈ। ਔਰ ਜਿਹੜੇ ਸਰਵਣ ਸਿੰਘ ਧੁਨ ਨੇ, ਉਹ ਜਦੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਕੀਤੇ ਜਾਂਦੇ ਨੇ, ਉਸ ਤੋਂ ਪਹਿਲਾਂ ਖੇਮਕਰਨ ਹਲਕੇ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਉਹਨਾਂ ਨੇ ਸਾਰੇ ਤੱਥ ਜਿਹੜੇ ਹੈ ਉਹ ਹਾਈ ਕਮਾਂਡ ਨੂੰ, ਚੱਡਾ ਜੀ ਨੂੰ ਅਤੇ ਜਰਨੈਲ ਸਿੰਘ ਹੋਰਾਂ ਨੂੰ ਦਿੱਤੇ ਵੀ ਭਾਈ ਇਹ ਫੈਮਿਲੀ ਅਤੇ ਆਹ ਇਹ ਜਿਹੜਾ ਬੰਦਾ ਆ ਸਰਵਣ ਸਿੰਘ ਇਸ ਤਰ੍ਹਾਂ ਦਾ ਜੇ, ਅਤੇ ਤੁਸੀਂ ਉਹਦੇ ਬਾਵਜੂਦ ਇੱਕ ਸਮਗਲਿੰਗ ਦੇ ਕੇਸ 'ਚ ਨਾਮਜ਼ਦ ਕੀਤਾ ਹੋਇਆ ਅਤੇ ਜਿਹਦਾ ਸਾਰਾ ਪਰਿਵਾਰ ਸਮਗਲਿੰਗ ਕਰਦਾ ਆ, ਉਹਨੂੰ ਡਿਊਟੀ ਦੇ ਤੀ? ਤੁਹਾਨੂੰ ਤਾਂ ਪਤਾ ਸੀ ਨਾ, ਸਾਨੂੰ ਤਾਂ ਨਹੀਂ ਪਤਾ। ਅਤੇ ਤੇਜਵੀਰ ਸਿੰਘ ਤਾਂ ਉਦੋਂ ਹੈ ਵੀ ਗੱਲ ਕੋਈ ਨਹੀਂ ਸੀ, ਅਤੇ ਗੱਲਾਂ ਤਾਂ ਹੁਣ ਸਾਹਮਣੇ ਆਈ ਉਹਦੀ, ਅਤੇ ਉਹ ਤੁਹਾਡੇ ਨਾਲ ਸਾਂਝ ਪਈ ਹੈ। ਅਤੇ ਜਦੋਂ ਸਰਵਣ ਸਿੰਘ ਧੁਨ ਨੂੰ ਤੁਸੀਂ ਟਿਕਟ ਦਿੱਤੀ ਤਾਂ ਕਿਹੜਾ ਪੈਮਾਨਾ ਰੱਖਿਆ ਸੀ? ਉਹਦੇ ਪਰਿਵਾਰ ਦੀ ਬੈਕਗਰਾਊਂਡ, ਉਹਦੀ ਖੁਦ ਦੀ ਬੈਕਗਰਾਊਂਡ ਉਹਨੇ ਚੈੱਕ ਕੀਤੀ? ਇਹ ਹੈਗੇ ਜੀ ਸਰਦਾਰ ਸਰਵਣ ਸਿੰਘ ਧੁਨ, ਜਿਨ੍ਹਾਂ ਨੂੰ ਆਪਣੇ ਰਾਘਵ ਚੱਡਾ ਜੀ ਅਤੇ ਮੀਤ ਹੇਰ ਜੀ ਸ਼ਾਮਿਲ ਕਰ ਰਹੇ। ਠੀਕ ਹੈ ਜੀ, ਹੋ ਗਈ, ਅੱਗੇ ਆ ਜਾਓ। ਆ ਇਹਨਾਂ ਦੇ ਪਰਿਵਾਰ ਦਾ ਡਾਟਾ ਆ ਕਿ ਕਿੰਨੀ ਕਿੰਨੀ ਕਿਹਦੇ ਕੋਲੋਂ ਫੜੀ ਗਈ, ਹਾਂਜੀ, ਅਤੇ ਕਿੰਨੀ ਕਿੰਨੀ ਕਿਹਨੂੰ ਸਜ਼ਾ ਹੋਈ, ਇਹ ਵੀ ਸਾਰਾ ਡਾਟਾ। ਆ ਇੱਕ ਆਮ ਆਦਮੀ ਪਾਰਟੀ ਦਾ ਹਲਕਾ ਖੇਮ ਕਰਨ ਦਾ ਆਗੂ ਜਿਹਦੇ ਕੋਲ 1 ਲੱਖ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ। ਇਹ ਖੇਮ ਕਰਨ ਦਾ, ਜੇ ਮੈਂ ਦੱਸਣ ਲੱਗਾ ਤੁਹਾਨੂੰ ਆਪਦੇ ਹਲਕੇ ਦਾ, 1 ਲੱਖ ਗੋਲੀਆਂ ਆ ਨਾਲ ਸਰਦਾਰ ਸਰਵਣ ਸਿੰਘ ਧੁਨ ਸਾਹਿਬ ਦੇ, MLA ਸਾਹਿਬ ਦੇ। ਹਾਂਜੀ, ਇਹ ਹੁਣ ਦੱਸ ਦਿਆ ਜੇ ਕਿ ਵੀ ਧੁਨ ਸਾਹਿਬ ਦਾ ਕਾਰੋਬਾਰ ਚਲਾਉਂਦੇ ਆ ਜਾਂ ਮਾਲਵਿੰਦਰ ਸਿੰਘ ਟੰਗ ਦਾ ਚਲਾਉਂਦੇ ਜਾਂ ਕਿਹਦਾ ਚਲਾਉਂਦੇ ਆ, ਇਹ ਤੁਸੀਂ ਸਪਸ਼ਟ ਕਰ ਦਿਆ ਜੀ। ਅੱਗੇ ਆ ਜਾਓ, ਸਰਵਣ ਸਿੰਘ ਧੁਨ ਦੇ ਖਾਸਮ ਖਾਸ ਆਮ ਆਦਮੀ ਪਾਰਟੀ ਦੇ ਆਗੂ ਸਤਨਾਮ ਸਿੰਘ ਘਰਿਆਲਾ, ਇਹ ਸਤਨਾਮ ਸਿੰਘ ਘਰਿਆਲਾ ਜਿਹੜੇ ਨੇ, ਇਹ 11 ਅਗਸਤ 2022 ਨੂੰ 3 ਕਿਲੋ ਹੈਰੋਇਨ ਦੇ ਨਾਲ
ਪੁਲਿਸ ਇਹਨਾਂ ਨੂੰ ਫੜਦੀ ਅਤੇ ਨਾਲ ਚਰਚਾ ਕੀ ਚੱਲਦੀ ਹੈ ਕਿ ਧੁਨ ਸਾਹਿਬ ਦਾ ਭਣੇਵਾਂ ਜਿਹੜਾ ਯਾਦਵਿੰਦਰ ਸਿੰਘ ਦੁਬਲੀ ਹੈ ਉਹ ਵੀ ਉਹਦੇ 'ਚ ਸ਼ਾਮਿਲ ਹੈ। ਇਹ ਵੀ ਸਾਰਾ ਕੁਛ ਬਾਹਰ ਆਉਂਦਾ ਆ, ਬਾਅਦ 'ਚ ਕਿਉਂ ਕਿਵੇਂ ਨੱਪਿਆ ਗਿਆ, ਕੌਣ ਸੱਚਾ ਸੀ ਕੌਣ ਝੂਠਾ ਸੀ, ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ। ਆ ਸਰਵਣ ਸਿੰਘ ਧੁਨ ਦੇ ਨਾਲ ਜਿਹੜੀ ਆ ਸਤਨਾਮ ਸਿੰਘ ਦੀ ਫੋਟੋ ਆ, ਅਤੇ ਆਹ ਯਾਦਵਿੰਦਰ ਦੀ ਅਤੇ ਸਤਨਾਮ ਸਿੰਘ ਦੀ ਆਪਸ 'ਚ ਫੋਟੋ। ਅੱਗੇ ਆ ਜਾਓ ਜੀ, ਹਲਕਾ ਖੇਮਕਰਨ ਦੇ ਪਿੰਡ ਬਹਾਦਰ ਨਗਰ ਦਸ਼ਮੇਸ਼ ਨਗਰ ਦੇ ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਦੇ ਆਗੂ ਜਸਵੰਤ ਸਿੰਘ ਕੋਲੋਂ ਵੱਡੇ ਪੱਧਰ 'ਤੇ ਜਿਹੜੀ ਆ ਹੈਰੋਇਨ ਬਰਾਮਦ ਕੀਤੀ, ਤਾਂ ਅੰਗਰੇਜ਼ੀ ਅਖਬਾਰ ਦੀ ਖਬਰ ਹੈ, ਤਾਂ ਦੇਖੋ ਕਿੱਡਾ ਸੋਹਣਾ ਲੱਗਦਾ ਆ। ਹਾਂਜੀ, ਐਂ ਤੁਹਾਡੇ ਸਾਹਮਣੇ ਹੀ ਹਨ, ਨਾਲ ਪੁਲਿਸ ਹੈਗੀ ਹੈ, ਫੋਟੋ 'ਚ ਹੈਗੀ ਹੈ ਨਾ। ਹਾਂਜੀ, ਫੜਿਆ ਆ 2022 ਦੀਆਂ ਚੋਣਾਂ 'ਚ ਆ ਜਿਹੜਾ ਗੋਲ ਦਾਇਰੇ 'ਚ ਕੀਤਾ ਹੋਇਆ ਆ, ਇਸ ਸਰਪੰਚ ਨੂੰ ਸਮੁੱਚੀ ਪੰਚਾਇਤ ਸਮੇਤ ਕਾਂਗਰਸ 'ਚੋਂ ਆਮ ਆਦਮੀ ਪਾਰਟੀ 'ਚ ਸਰਵਣ ਸਿੰਘ ਧੁਨ ਹੋਰੀ, ਜਸਵੰਤ ਸਿੰਘ ਸਰਪੰਚ ਦਸ਼ਮੇਸ਼ ਨਗਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰ ਰਿਹਾ। ਆ ਇਹਨਾਂ ਦੇ ਪਰਿਵਾਰ ਦਾ ਡਾਟਾ। ਇੱਕ ਤੁਸੀਂ ਸੁਣਿਆ ਹੋਣਾ ਰਾਜੀਵ ਭਗਤ ਸਿੰਘ, ਹੈ ਸੁਣ ਮੇਰਾ ਗੱਲ, ਤੂੰ ਤਾਂ ਸਵਾਲ ਬੜਾ ਲੈਂਦਾ ਰਿਹਾ ਉਦੋਂ। ਹਾਂਜੀ ਹਾਂ, ਮਤਲਬ ਗੁਰੂ ਆ ਭਾਜ ਨੜ ਤਾਂ ਬੜੀ ਕਰਨੀ ਪੈਂਦੀ ਰਹੀ ਹੈ ਨਾ, ਕਦੀ ਸ਼ਾਹਡੇ ਥਾਣੇ, ਕਦੀ ਸੀਗੇ ਸਟਾਫ, ਠੀਕ ਹੈ ਨਾ। ਅਰਜੀਵ ਭਗਤ ਜੀ ਦਾ ਪੋਸਟਰ ਹੈ, ਆ ਥੱਲੇ ਲਿਖਿਆ ਅਰਜੀਵ ਭਗਤ, ਠੀਕ ਹੈ ਜੀ, 'ਚ ਕੀ ਕਹਿੰਦੇ ਆ, ਜੁਆਇਨ ਦਾ ਰੈਵੀਲੇਸ਼ਨ ਜੁਆਇਨ ਆਪ, ਠੀਕ ਹੈ, ਅਤੇ ਚੰਦ ਕੀ ਚਾੜੇ ਆ, 15 ਕਰੋੜ ਦੇ ਨਸ਼ੇ ਸਮੇਤ ਜਿਹੜਾ ਆ ਰਾਜੀਵ ਭਗਤ ਜਿਹੜਾ ਆਮ ਆਦਮੀ ਪਾਰਟੀ ਦਾ ਆਗੂ ਆ ਉਹ ਕਾਬੂ, 15 ਕਰੋੜ ਦੇ ਨਸ਼ੀਲੀਆਂ ਗੋਲੀਆਂ। ਅਤੇ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਹੈ, ਅਤੇ ਜਿਹੜੇ ਸਭ ਤੋਂ ਵੱਡੇ ਬਣਦੇ ਨੇ ਨਾ ਧਰਮ ਪੁੱਤਰ ਆਪਣੇ ਇੱਥੇ ਜਿਹੜੇ ਹਲਕੇ 'ਚ ਮੈਂ ਬੈਠਾ, ਇੱਥੋਂ ਦੇ ਹੀ ਆ ਮੇਰਾ ਖਿਆਲ, ਕੀ ਉਹ ਜਿਹੜੇ ਹੈਗੇ ਆ ਉਹ ਪੁਲਿਸ 'ਚ ਹੁੰਦੇ ਸੀ ਆਈ ਜੀ, ਕੁੰਵਰ ਵਿਜੇ ਪ੍ਰਤਾਪ, ਕੁੰਵਰ ਵਿਜੇ ਪ੍ਰਤਾਪ, ਆਹ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਰਾਜੀਵ ਭਗਤ ਜੀ ਗੁਲਦਸਤਾ ਭੇਟ ਕਰ ਰਹੇ। ਅਤੇ ਮੈਂ ਉਦੋਂ ਵੀ ਸਪਸ਼ਟ ਕੀਤਾ ਸੀਗਾ, ਇਹ ਗੱਲ ਜਿਹੜੀ ਹੈਗੀ ਹੈ ਜੂਨ 2021 ਦੀ, ਅਜੇ ਉਦੋਂ ਆਈ ਜੀ ਸਾਹਿਬ ਪੁਲਿਸ ਮਹਿਕਮੇ 'ਚ ਸੀਗੇ, ਅਤੇ ਮੈਂ ਉਸ ਸਮੇਂ ਵੀ ਕਿਹਾ ਸੀਗਾ, ਸ਼ਾਇਦ ਛੱਡ ਗਏ ਸੀਗੇ ਉਦੋਂ, ਆਪ ਛੱਡ ਗਏ ਸੀ, ਪਰ ਅਜੇ ਆਮ ਆਦਮੀ ਪਾਰਟੀ 'ਚ ਜੁਆਇਨ ਨਹੀਂ ਸੀ ਕੀਤੀ। ਇਹ ਇਹਨਾਂ ਦਾ ਖਾਸਮ ਖਾਸ ਸੀ, ਇਹਨਾਂ ਨੇ ਇਹਨੂੰ ਜਿਹੜਾ ਆ ਆਮ ਆਦਮੀ ਪਾਰਟੀ 'ਚ ਪਹਿਲੋਂ ਭੇਜਤਾ ਸੀਗਾ ਕਿ ਭਗਤ ਜੀ ਤੁਸੀਂ ਚੱਲੋ, ਤੁਸੀਂ ਮੇਰੀ ਗੱਡੀ ਦੀ 3-17 ਵਾਲੀ ਦੀ ਆਈ ਜੀ ਵਾਲੀ ਗੱਡੀ ਦੀ ਨਸ਼ੇ ਵਾਸਤੇ ਪੂਰੀ ਵਰਤੋਂ ਕਰਦੇ ਰਹੇ ਜੇ, ਬੜੀ ਸੇਵਾ ਮੇਰੀ ਕੀਤੀ ਹੈ, ਲੋਕਾਂ ਦੀ ਬੜੀ ਸੇਵਾ ਕੀਤੀ ਹੈ ਨਸ਼ੇ ਵਾਲੀ, ਅਤੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਰਾਜੀਵ ਭਗਤ ਹੋਰਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਾਤਾ। ਅਤੇ ਸ਼ਾਮਿਲ ਕੌਣ ਕਰ ਰਹੇ ਆ, ਜਰਨੈਲ ਸਿੰਘ ਜੀ ਅਤੇ ਮੀਤ ਹੇਅਰ ਰਾਜੀਵ ਭਗਤ ਜੀ ਨੂੰ, ਜਿਹੜੇ ਬੜੇ ਭਗਤ ਹੈ, ਜਿਹੜੇ 15 ਕਰੋੜ ਦਾ ਇੱਕੇ ਟਾਈਮ ਹੀ ਉਹਨਾਂ ਕੋਲੋਂ ਨਸ਼ਾ ਫੜਿਆ ਗਿਆ, ਕੋਈ ਜ਼ਿਆਦਾ ਨਹੀਂ 15 ਕਰੋੜ ਦਾ, ਅਤੇ ਪਤਾ ਨਹੀਂ ਕਿੰਨੇ 15 ਕਰੋੜ ਦੇ 1500 ਕਰੋੜ ਦਾ ਨਸ਼ੇ ਦਾ ਕਾਰੋਬਾਰ ਕੀਤਾ ਆ, ਇਹ ਰੱਬ ਜਾਣਦਾ। ਆ ਗਈ ਜੀ ਇਹ ਕਥਾ, ਸੁਣ ਲਈ ਹੈ, ਅਗਲੀ ਕਥਾ ਆ ਗਈ, ਹੈ ਤਾਂ ਉਹ ਛੋਟੀਆਂ ਛੋਟੀਆਂ ਹੀ ਆ। ਨਸ਼ਾ ਤਸਕਰੀ ਦੇ ਦੋਸ਼ 'ਚ ਆਮ ਆਪ ਆਗੂ ਸਮੇਤ 7 'ਤੇ ਪਰਚਾ, ਹੈ ਕੀ ਹੈ ਇਹਨਾਂ ਨੇ ਕਾਰੋਬਾਰ ਕੀ ਕੀਤਾ, ਜਿਹੜਾ ਦੋਸ਼ੀ ਫੜਿਆ ਗਿਆ, ਜਿਹਦੇ ਕੋਲ ਨਸ਼ਾ ਫੜਿਆ ਗਿਆ, ਇਹ ਰਾਮਪੁਰਾ ਫੂਲ ਹਲਕੇ ਦੇ ਹੈਗਾ ਆ, ਜਿੱਥੋਂ ਬਲਕਾਰ ਸਿੰਘ ਸਿੱਧੂ ਆ ਉਹਦੇ ਖਾਸਮ ਖਾਸ ਨੇ, ਉਹਨਾਂ ਨੇ ਚੰਦ ਚੜਿਆ। ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਗੁਰਬਚਨ ਸਿੰਘ ਨੇ ਦੱਸਿਆ ਕਿ ਭੁੱਕੀ ਦੀ ਇਹ ਖੇਪ ਆਮ ਆਦਮੀ ਪਾਰਟੀ ਦੇ ਆਗੂ ਵਰਿੰਦਰਜੀਤ ਸਿੰਘ ਅਤੇ ਗੁਰਚਰਨ ਸਿੰਘ ਵਾਸੀ ਕੋਠਾ ਗੁਰੂ ਕੇ ਦੇ ਕੇ ਗਏ ਸਨ। ਠੀਕ ਹੈ ਜੀ, ਉਹ ਕਿਹੜੇ ਨੇ, ਆਹ ਨੇ ਜਿਹੜੇ ਬਲਕਾਰ ਸਿੰਘ ਸਿੱਧੂ ਹੋਰਾਂ ਦੇ ਨਾਲ ਆ ਗਈ ਨਜ਼ਰ, ਜੇ ਨਜ਼ਰ ਨਹੀਂ ਆਉਂਦੀ ਯਾਰ ਦੱਸ ਦਿਆ ਕਰੋ ਨਾ, ਆ ਗਈ ਹੈ ਨਾ।
हाँ जी आल आखो आ दोवें खड़ोते जे इधर हथ जरा खबे हथ आ भगवंत मान होर भी हैगी भगवंत मान होर भी हैगी कि फोटो फोटी खेडना ना आप हाँ जी अगे आ जाओ श्री चमकौर साहब हल्के का एक सरगर्म आप वर्कर साथी समेत एक किलो अफीम नाल काबू तो सांझ कि भगवंत सिंह मान होर चेतन सिंह जौड़ा माजरा जी नाल बंदा उधर हल्के का ही चमकौर साहब वाल रहने वाला आ तो आदि यदा नाँ हैगा गुरप्रीत सिंह आ भगवंत मान होर आ जौड़ा माजरा जी दे तो किलो फीम ही फड़ी है हाँ जी आगे आ जाओ जी एक महापुरश हो रहा यह कोई अमरिंदर सिंह अनुबराड़ आ मीत प्रधान आ यूथ विंग आम आदमी पार्टी का फिरोजपुर का बेचारा दो चार दिन पहलों नशे विरोधी जलूस कढ़ के आया तो वो भरा ने तो प्यो ने वह जलूस कढ़ता वो 600 ग्राम अफीम के नाल फड़े गए आलो ठीक है जी आ दे दी खबर देती है ना वो जलूस कढ़ के आया भी नशा बंद होना चाहिए आ नशे का विरोध करके आया तो भापे ने तो भरा ने चंद चढ़ता आलो जी अणु बराड़ होर जिहड़ा स्टेटस है आ गया नज़र क्योंकि माल ज़्यादा है करके थोड़ी थोड़ी छेती नबड़ी चली अगे आ जी एक अफीम समेत सबका जड़ा आ सरपंच जिला यूथ प्रधान जसदीप सिंह हैरी झाड़ू पा आम आदमी पार्टी का अफीम नाल काबू तो फोटो कि भगवंत मान होर आ थले देखा जी गोलदार है तो नाल भगवंत मान होर ही बड़ा हस रहे ने हाँ जी ये दस दिया जी अगे एक होर हैगा 250 ग्राम अफीम समेत आम आदमी पार्टी आगू काबू आ लो जी ना यदा प्रितपाल सिंह प्रितपाल सिंह तो फड़िया कदों आ डेट हैगी 5 जुलाई मेरा ख्याल ऐसे 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 कुछ दिन की है एक तुहानू पता होना कि हाई कोर्ट ने बड़ी वड्डी फटकार लाई सी पहली बार पंजाब की धरती उत्ते बोर्ड लगे एरो लगे कि नशा इधर मिलता है इतना ही ना आओ ही वेख लो ये दस दिया जी ये किदे राज च लगा सी देखो मैं एक बेनती करा कि आम आदमी पार्टी दावा करके आई सी कि असी 3 हफ्तों च नशे नूं नत्थ पा देंगे यही गल सी ना आख्या सी ना हुण एक बन्ने ते जदों आम आदमी पार्टी ने केवल ते केवल लंबे समय तो नशे ते सियासत कीती गुरु अज दे तुसीं सरकार दे विच बैठे जे तुहाडे बंदे चंद चाढ़ी जांदे आ नवें तो नवा उहनां दा किस्सा सामने आउण डिआ आ हाँ जी ते नशे नूं तुसीं रोकणा आ नशे नूं नत्थ तुसीं पाउणी आ ते नत्थ तुसीं किहनूं पाई जांदे जे झोटे नूं अहीं पिंडां 'च तां सुणिआ अहीं झोटे नूं नत्थ मारनी है टब्बर सारा वक्त नूं फड़िआ हुंदा भी झोटे नूं नत्थ मारनी आ कि नहीं इधर कर कि नहीं उधर कर साडे वर्गे न्याणे वी इहदे हुंदे ही भी आते हैं भी झोटे नत्थ मारनी किमें मारते हैं झोटिया नत्था छोटे होंगे वजदियाँ देखिया आ पर पहली एर आ कि नशे के विरुद्ध लड़न वाले नशे के विरुद्ध आवाज बुलंद करने वाले परविंदर सिंह झोटे के नत्थ मारती कल परविंदर सिंह झोटे फड़ के अंदर नहीं किया मगर जी एक लहर खड़ी हो रही थी जेडे लोग खड़े हो रहे थे जो नौजवान खड़े हो रहे थे उन्होंने भी दहशत पा दी कि भाई जे जुरत की तो झोटे वाला हाल करांगे मुंडिया जे माड़ा मोटा जज्बा वेहू तो मावां भैणां
ਘਰ ਦੇ ਜੀ ਉਹਨਾਂ ਦੀ ਲੱਤਾਂ ਫੜਦੇ ਹੋਣੇ ਆ, ਖਬਰਦਾਰ ਜੇ ਤੂੰ ਗਿਆ ਤੇ ਆ ਝੋਟੇ ਦਾ ਹਾਲ ਨਹੀਂ ਵੇਖਿਆ। ਤੁਸੀਂ ਤਾਂ ਨਸ਼ੇ ਦੇ ਵਿਰੁੱਧ ਲੜਨ ਵਾਲੇ ਤੇ ਇਹੋ ਜਿਹਾ ਕੁਛ ਕਰਦੇ ਜੇ। ਹੁਣ ਸਾਡਾ ਸਵਾਲ ਜਿਹੜਾ ਹੈਗਾ ਆ ਕਿ ਇਹਨਾਂ ਨੇ ਪਤਾ ਨਹੀਂ ਉਹ ਫੋਟੋਆਂ ਜਿਹੜੀਆਂ ਜੀ ਆ ਮਜੀਠੀਆ ਸਾਹਿਬ ਸਨਮਾਨਿਤ ਕਰ ਰਹੇ ਜੀ, ਪਤਾ ਨਹੀਂ ਮੇਰੀ ਵੀ ਅੱਗੇ ਦਿਖਾਈ ਜਾਂਦੇ ਆ। ਹਾਂਜੀ, ਅਤੇ ਮੈਂ ਤਾਂ ਸਨਮਾਨਿਤ ਕੱਲ ਬੀਬੀ ਹਰਗੋਬਿੰਦ ਕੌਰ ਨੂੰ ਵੀ ਕਰਕੇ ਆਇਆ ਜਿਹੜਾ ਯੂਥ ਵਿੰਗ ਦਾ ਪ੍ਰਧਾਨ ਬਣਿਆ ਸਰਬਜੀਤ ਸਿੰਘ ਝੁੰਝਰ ਮੇਰੇ ਘਰ ਆਇਆ ਸੀ, ਮੈਂ ਉਹਨੂੰ ਵੀ ਸਨਮਾਨਿਤ ਕੀਤਾ ਸੀਗਾ। ਇੱਥੇ ਤਾਂ ਪਤਾ ਨਹੀਂ ਕਿਹੜੇ ਕਿਹੜੇ ਸਾਡੇ ਕੋਲੋਂ ਸਨਮਾਨ ਗੱਲ 'ਚ ਪਾ ਕੇ ਜਾਂਦੇ ਨੇ, ਇਹ ਇਹਦੇ ਨਾਲ ਦੋਸ਼ੀ ਹੋ ਗਿਆ। ਹੁਣ ਸਾਡਾ ਤਾਂ ਸਿੱਧਾ ਜਿਹਾ ਸਵਾਲ ਹੈ ਕਿ ਤੁਸੀਂ ਗੱਦੀ ਸਿਆਸਤ ਕਰਨੋਂ ਹਟ ਜਾਓ, ਤੁਹਾਡੇ ਬੰਦੇ ਸ਼ਰਿਆਂ ਰੱਬ ਭੁੱਲ ਗਏ ਆ, ਔਰ ਅਫਸਰਾਂ ਦੇ ਨਾਲ ਪੁਲਿਸ ਦੇ ਅਫਸਰਾਂ ਨਾਲ ਮਿਲ ਕੇ ਵੱਡੇ ਪੱਧਰ 'ਤੇ ਨਸ਼ੇ ਦਾ ਕਾਰੋਬਾਰ ਕਰ ਰਹੇ, ਤੁਸੀਂ ਇਹਨਾਂ ਇਲਜ਼ਾਮਾਂ ਤੋਂ ਬਚ ਨਹੀਂ ਸਕਦੇ। ਔਰ ਤੁਹਾਡੀ ਮਜਬੂਰੀ ਬਣ ਗਈ ਹੈ ਕਿ ਤੁਸੀਂ ਨਸ਼ੇ ਦਾ ਕਾਰੋਬਾਰ ਰੋਕਣ ਦੀ ਥਾਂ 'ਤੇ ਉਸ ਨਸ਼ੇ ਦੇ ਧੰਦੇ ਨੂੰ ਰੋਕਣ ਵਾਲਿਆਂ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਕੀ ਮਜਬੂਰੀ ਹੈ ਕਿ ਲੋਕਾਂ ਨੂੰ ਦੱਸ ਦਿਓ। ਪਰਮਿੰਦਰ ਸਿੰਘ ਝੋਟੇ 'ਤੇ ਜਿਸ ਬੀਬੀ ਨੇ ਮੁਕੱਦਮਾ ਦਰਜ ਕਰਾਇਆ ਉਹਨੇ ਕਿਹਾ ਕਿ ਮੈਥੋਂ ਧੱਕੇ ਨਾਲ ਕਰਵਾਇਆ, ਹੁਣ ਕਿਹਨੇ ਰੱਦ ਕੀਤਾ? ਇਹ ਸਰਕਾਰ ਨੇ ਮਾਫ਼ੀ ਮੰਗੀ ਜਾਂ ਕਿਸੇ ਸਰਕਾਰ ਜਾਂ ਗ੍ਰਹਿ ਮੰਤਰੀ ਨੇ, ਮੁੱਖ ਮੰਤਰੀ ਨੇ, ਜਿਹੜੇ ਅਫਸਰ ਨੇ ਗਲਤ ਦਰਜ ਕੀਤਾ ਆ, ਕਿਸੇ ਤਰ੍ਹਾਂ ਦਾ ਕੋਈ ਬਿਆਨ ਦਿੱਤਾ, ਕਿਸੇ ਤਰ੍ਹਾਂ ਦੀ ਉਹਨਾਂ ਵਿਰੁੱਧ ਕਾਰਵਾਈ ਕੀਤੀ? ਨਸ਼ਾ ਵੇਚਣ ਵਾਲਿਆਂ ਨੂੰ ਹੱਲਾਸ਼ੇਰੀ ਦੇ ਰਹੇ ਆ, ਜਿਹੜਾ ਨਸ਼ਾ ਰੋਕਦੇ ਹੈ ਉਹਨਾਂ 'ਤੇ ਤੁਸੀਂ ਕਾਰਵਾਈ ਕਰ ਰਹੇ ਜੀ। ਇਸ ਕਰਕੇ ਸਾਡੀ ਮੋਟੀ ਜਿਹੀ ਗੱਲ ਹੈ, ਇਹਨਾਂ ਗੱਲਾਂ 'ਚ ਕੋਈ ਫਾਇਦਾ ਨਹੀਂ ਜੀ। ਸਭ ਤੋਂ ਪਹਿਲਾਂ ਇਸ ਗੱਲ ਦਾ ਜਵਾਬ ਦਿਓ ਕਿ ਤੇਜਵੀਰ ਸਿੰਘ ਨੂੰ ਤੁਸੀਂ ਅਕਾਲੀ ਦਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਉਹ ਤਾਂ 7 ਦਿਨ ਰਿਹਾ ਆ, 7 ਦਿਨ ਪ੍ਰਧਾਨ ਡਾਟਾ ਕੱਢ ਲਿਆ ਜੀ। ਹਾਂਜੀ, ਉਹੀ ਸਾਲਾਂ ਵਧੀ ਪਹਿਲੋਂ, ਅਤੇ ਤੁਹਾਡੇ ਤਾਂ ਉਹਨੇ 2022 'ਚ ਮਦਦ ਕੀਤੀ ਹੈ, ਰਾਜਾ ਸਾਂਸੀ 'ਚ ਮਦਦ ਕੀਤੀ ਹੈ, ਤੁਹਾਡੇ ਬਲਦੇਵ ਸਿੰਘ ਮਿਆਹ ਦੀਆਂ ਹਲਕਾ ਰਾਜਾ ਸਾਂਸੀ, ਜਿਹੜਾ ਹਲਕਾ ਇੰਚਾਰਜ ਆ ਜਿਹਨੇ ਉੱਥੋਂ ਇਲੈਕਸ਼ਨ ਲੜੀ ਰਾਜਾ ਸਾਂਸੀ ਤੋਂ, ਅਤੇ ਜਿਹੜਾ ਮੌਜੂਦਾ ਪਨਗ੍ਰੇਨ ਦਾ ਚੇਅਰਮੈਨ ਹੈ ਉਹਦਾ ਖਾਸਮ ਖਾਸ ਹੈ, ਇਹਦਾ ਜਵਾਬ ਦਿੰਦਾ। ਨਹੀਂ, ਇਹ ਅਸੀਂ ਤਾਂ ਇਸ ਗੱਲ ਤੋਂ ਮੁਨਕਰ ਨਹੀਂ ਗਏ, ਉਹ ਐਸ ਓ ਆਈ ਦਾ ਰਿਹਾ ਹੈ, ਹਫ਼ਤੇ ਵਾਸਤੇ ਬਣਿਆ ਸੀਗਾ। ਨਹੀਂ 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 ਨਹੀਂ, ਉਹ ਤਾਂ ਜਦੋਂ ਬਣਿਆ ਹਫ਼ਤੇ ਬਾਅਦ ਢਾਂਚਾ ਭੰਗ ਹੋ ਗਿਆ। ਹਾਂਜੀ, 19 ਪਤਾ ਨਹੀਂ ਅਕਾਲੀ ਆਮ ਆਦਮੀ ਪਾਰਟੀ ਦੇ ਸਟਿਲ ਪ੍ਰੈਜ਼ੀਡੈਂਟ ਸੀ ਉਹ ਜੀ। ਮੇਰਾ ਖਿਆਲ ਹੈ ਕਿ 19 ਅਪ੍ਰੈਲ 2021 ਨੂੰ ਪ੍ਰਧਾਨ ਬਣਿਆ, ਅਤੇ 26 ਅਪ੍ਰੈਲ 2021 ਨੂੰ ਸਾਰਾ ਢਾਂਚਾ ਭੰਗ ਹੋ ਗਿਆ, ਅਤੇ ਨਵੇਂ ਸਿਰਿਓਂ ਸਰਦਾਰ ਅਰਸ਼ਦੀਪ ਸਿੰਘ ਰੋਪੜ ਬਰਾੜ ਨੂੰ ਪ੍ਰਧਾਨ ਬਣਾਇਆ ਗਿਆ। ਢਾਂਚਾ ਭੰਗ ਸੀਗਾ, ਉਸ ਤੋਂ ਬਾਅਦ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਅਹੁਦਾ ਹੀ ਨਹੀਂ ਦਿੱਤਾ। ਹੁੰਦਾ ਕੀ ਹੈ ਕਿ 30 ਅਗਸਤ 2021 ਦੇ ਵਿੱਚ ਹੀ ਰਾਣਾ ਕੰਦੋਵਾਲੀਆ ਦਾ ਤੁਹਾਨੂੰ ਪਤਾ ਹੋਣਾ, ਉੱਥੇ ਇਹ ਵੀ ਫੱਟੜ ਹੁੰਦਾ ਆ, ਉਹਦੇ ਕਰਕੇ ਪਾਰਟੀ ਨੇ ਆਪਣੇ ਆਪ ਨੂੰ ਉਹਦੇ ਨਾਲ ਵਿਡਰਾ ਕਰ ਲਿਆ, ਅਤੇ ਉਹ ਵੀ ਵਿਡਰਾ ਕਰ ਗਿਆ। ਹੁਣ ਜੀ ਆਮ ਆਦਮੀ ਪਾਰਟੀ ਦਾ ਪਾਰਟ ਹੈ, ਔਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਾਰਟ ਹੈ। ਸਿੱਧਾ ਸਵਾਲ ਹੈ ਅਤੇ ਸਿੱਧਾ ਜਵਾਬ ਹੈ। ਉਹਨੇ ਅਸਲ 'ਚ ਇਹਨਾਂ ਨੂੰ ਹੁੰਦੀ ਆ ਛੁਰਲੀ ਜੀ ਛੱਡ ਦਿਓ ਵੀ ਚੱਲੀ ਜਾਣੀ ਹੈ। ਹਾਂਜੀ, ਵੀ ਹੁਣ ਚੱਲਣ ਡਈ ਹੈ ਨਾ, ਆਇਆ ਸੋਸ਼ਲ ਮੀਡੀਆ ਭਰਿਆ ਪਿਆ ਆ, ਅਤੇ ਹੁਣ ਆਹ ਵੀ ਚਲਾਇਆ ਜੇ ਨਾ ਸੋਸ਼ਲ ਮੀਡੀਆ 'ਚ, ਆਹ ਵੀ ਭਰਿਆ ਜੇ ਵੀ ਜਿਹੜਾ ਤੇਜਵੀਰ ਸਿੰਘ ਆ ਉਹਦਾ ਅਕਾਲੀ ਦਲ ਦੇ ਨਾਲ ਜਾਂ ਐਸ ਓ ਆਈ ਦੇ ਨਾਲ ਕੋਈ ਸੰਬੰਧ ਨਹੀਂ, 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਉਹ ਆਮ ਆਦਮੀ ਪਾਰਟੀ ਦਾ ਸਰਗਰਮ ਆਗੂ ਹੈ, ਅਤੇ ਬਲਦੇਵ ਸਿੰਘ ਮਿਆਹ ਦੀਆਂ ਹਲਕਾ ਰਾਜਾ ਸਾਂਸੀ ਦਾ ਖਾਸਮ ਖਾਸ ਜਿਹੜਾ ਹੁਣ ਕਿ ਪਨਗ੍ਰੇਨ ਦਾ ਚੇਅਰਮੈਨ ਆ ਮੌਜੂਦਾ, ਹਾਂਜੀ ਆਮ ਆਦਮੀ ਪਾਰਟੀ ਦਾ ਉਹ ਆਗੂ ਹੈ।